ਮੋਗਾ ਸ਼ਹਿਰ ਦੀਆਂ ਦੋ ਲੜਕੀਆਂ ਨੀਸ਼ਾ ਤੇ ਅਮਨ ਜੋ ਕਿ ਕਬੂਤਰਬਾਜ਼ੀ ਦੇ ਕੇਸਾਂ ਵਿੱਚ ਘਿਰੀਆਂ ਸਨ, ਉਹਨਾਂ ਵੱਲੋਂ ਆਪਣੇ ਖੂਨ ਨਾਲ ਪੱਤਰ ਲਿਖ ਕੇ ਰਾਸ਼ਟਰਪਤੀ ਤੋਂ ਪਰਿਵਾਰ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਦੀ ਜਿੱਥੇ ਹਲਕੇ ਵਿੱਚ ਬਹੁਤ ਚਰਚਾ ਹੋ ਰਹੀ ਹੈ, ਉੱਥੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਬਣੀ ਹੋਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨੀਸ਼ਾ ਤੇ ਅਮਨ ਨੇ ਦੋਸ਼ ਲਗਾਏ ਹਨ ਕਿ ਉਹਨਾਂ ਨੂੰ ਸ਼ਿਕਾਇਤਕਰਤਾ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਗਲੀ ਵਿੱਚ ਨਸ਼ੇੜੀਆਂ ਨੂੰ ਭੇਜ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਮੇਰੇ ਭਰਾ ਨੂੰ ਦੋ ਵਾਰ ਪੁਲ ਤੋਂ ਸੁੱਟਿਆ ਗਿਆ ਹੈ, ਇਸ ਨੂੰ ਅਸੀਂ ਪਾਸੇ ਕੀਤਾ, ਸਾਡਾ ਪਰਿਵਾਰ ਖੇਰੂ ਖੇਰੂ ਹੋ ਗਿਆ। ਅਸੀਂ ਕਦੇ ਸੜਕਾਂ ਤੇ ਕਦੇ ਗੁਰਦੁਆਰਾ ਸਾਹਿਬ ਵਿੱਚ ਰਾਤ ਬਤੀਤ ਕਰਨ ਲਈ ਮਜਬੂਰ ਹੋ ਗਏ ਹਾਂ। ਉਹਨਾਂ ਦੱਸਿਆ ਕਿ ਪਿਛਲੇ ਦੋ ਦਿਨ ਤੋਂ ਉਹ ਘਰ ਆਈਆਂ ਤੇ ਰਸਤਿਆਂ ਵਿੱਚ ਉਹਨਾਂ ਦੇ ਸਿਰ ਤੋਂ ਚੁੰਨੀਆਂ ਲਾ ਲਈਆਂ ਅਤੇ ਵੀਡੀਓ ਬਣਾ ਕੇ ਅਸ਼ਲੀਲ ਕਮੈਂਟ ਕੀਤੇ ਜਾਂਦੇ ਨੇ। ਉਹਨਾਂ ਕਿਹਾ ਕਿ ਉਹਨਾਂ ਦਾ ਜਿਉਣਾ ਦੁੱਭਰ ਹੋ ਗਿਆ। ਉਹਨਾਂ ਦੋਸ਼ ਲਗਾਏ ਕਿ ਵਾਰ ਵਾਰ ਸ਼ਿਕਾਇਤ ਕਰਨ 'ਤੇ ਵੀ ਪ੍ਰਸ਼ਾਸਨ ਉਹਨਾਂ ਦੀ ਇੱਕ ਨਹੀਂ ਸੁਣ ਰਿਹਾ। ਉਹਨਾਂ ਕਿਹਾ ਕਿ ਜਾਂ ਤਾਂ ਸਾਨੂੰ ਇਨਸਾਫ ਦਿੱਤਾ ਜਾਵੇ ਜਾਂ ਫਿਰ ਪਰਿਵਾਰ ਸਮੇਤ ਮੌਤ ਨੂੰ ਗੱਲ ਲਗਾਉਣ ਦੀ ਆਗਿਆ ਦਿੱਤੀ ਜਾਵੇ। ਮੇਰਾ ਨਾਮ ਨਿਸ਼ਾ ਹੈ। ਨਿਸ਼ਾ, ਕੀ ਗੱਲ ਹੋਈ ਸੀਗੀ ਸਾਰੀ? ਤੁਸੀਂ ਅੱਜ ਇੱਕ ਲੈਟਰ ਲਿਖਿਆ ਰਾਸ਼ਟਰਪਤੀ ਨੂੰ, ਕੀ ਗੱਲ ਹੋਈ ਸੀਗੀ ਸਾਰੀ? ਹਾਂਜੀ ਸਰ, ਮਤਲਬ ਮੈਂ ਨਾ ਸਕੂਲ ਦੇ ਵਿੱਚ ਪੜ੍ਹਾਉਂਦੀ ਸੀ, ਦੇਸਮਾ ਮਾਡਲ ਸਕੂਲ ਦੇ ਵਿੱਚ, ਅਤੇ ਰਸਤੇ ਵਿੱਚ ਸੁਨੀਲ ਕੁਮਾਰ ਸੂਦ ਬੰਦੇ ਦੀ ਦੁਕਾਨ ਆਉਂਦੀ ਹੈ ਮੋਬਾਈਲ ਦੀ, ਅਤੇ ਇਹਦੇ ਕੋਲੋਂ ਮੈਂ ਦੋ ਵਾਰੀ ਰੀਚਾਰਜ ਕਰਵਾਇਆ ਸੀ, ਅਤੇ ਰੀਚਾਰਜ ਕਰਵਾਉਣ ਤੋਂ ਬਾਅਦ ਇਹਨੇ ਦੱਸਿਆ ਕਿ ਤੁਹਾਡੇ ਫੋਨ 'ਚ ਕੋਈ ਪ੍ਰੋਬਲਮ ਹੈ ਜਿਹਦਾ ਖਰਚਾ ਕਿ 2,000-2,500 ਹੈਗਾ ਵੈ। ਅਤੇ ਮੈਂ ਕਿਹਾ ਵੀਰੇ ਮੈਨੂੰ ਤਾਂ ਸੈਲਰੀ ਅਜੇ ਮਿਲਣੀ ਨਹੀਂ, ਮੈਂ ਬਾਅਦ 'ਚ ਕਰਵਾ ਲੂੰਗੀ। ਕਹਿੰਦਾ ਤੁਹਾਨੂੰ ਕਿੰਨੀ ਕੁ ਸੈਲਰੀ ਮਿਲਦੀ ਹੈ? ਮੈਂ ਕਿਹਾ 2,500 ਰੁਪਈਆ ਹੀ ਮਿਲਦੀ ਹੈ। ਕਹਿੰਦਾ ਮੇਰੀ ਵਾਈਫ ਨਾ ਮਤਲਬ ਆਪਣਾ ਪੜ੍ਹਾਉਂਦੀ ਹੈ ਸਕੂਲ ਦੇ ਵਿੱਚ, ਪੜ੍ਹਾਉਂਦੀ ਹੈ ਚੰਨੂ ਵਾਲੇ ਮਾਡਲ ਸਕੂਲ 'ਚ, ਅਤੇ ਮੈਂ ਤੁਹਾਨੂੰ ਉੱਥੇ ਲਗਵਾ ਦਿੰਦਾ ਵਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਤੁਸੀਂ ਪੁੱਛ ਲਿਓ, ਕੋਈ ਗੱਲ ਨਹੀਂ। 2-4 ਦਿਨ ਬਾਅਦ ਨਾ ਇਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਦੁਕਾਨ 'ਤੇ ਬੁਲਾਇਆ, ਕਹਿੰਦੇ ਕਿ ਮਤਲਬ ਉਹ ਨਹਿਰੂ ਪਾਰਕ ਦੇ ਕੋਲ ਸ਼ਿਵਾਲਿਕ ਸਕੂਲ ਆ, ਤੁਸੀਂ ਉੱਥੇ ਜੋਬ ਕਰ ਲਓ, ਉੱਥੇ ਸੈਲਰੀ ਅੱਛੀ ਮਿਲਦੀ ਆ। ਮੈਂ ਉੱਥੇ ਇੰਟਰਵਿਊ ਦਿੱਤਾ ਸੀਗਾ, ਅਤੇ ਉੱਥੇ ਮੈਨੂੰ 5,000 ਰੁਪਈਆ ਸੈਲਰੀ ਮਿਲਣੀ ਸ਼ੁਰੂ ਹੋ ਗਈ। ਉਹਨਾਂ ਨੇ ਮੈਨੂੰ ਸਕੂਲ ਵਾਲਿਆਂ ਨੇ ਪੜ੍ਹਾਇਆ ਵੀ, ਮੇਰੀ ਆਈਲੈਟਸ ਵੀ ਕਰਾਈ, ਮੇਰੀ ਬਹੁਤ ਮਦਦ ਕੀਤੀ ਸ਼ਿਵਾਲਿਕ ਸਕੂਲ ਵਾਲਿਆਂ ਨੇ। ਇਸ ਤਰ੍ਹਾਂ ਕੀ ਹੋਇਆ ਕਿ ਬਾਅਦ ਵਿੱਚ ਮੈਂ ਆਈਲੈਟਸ ਦੀ ਕਲਾਸਾਂ ਲਾਉਂਦੀ ਸੀ, ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ, ਅਤੇ ਮੈਂ ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਸੀ। ਮੈਂ ਸਰ ਵੀਰੇ ਨੂੰ ਕਿਹਾ, ਮੈਂ ਕਿਹਾ ਵੀਰੇ ਤੁਸੀਂ ਮਤਲਬ ਕਹਿ ਕੇ ਤਾਂ ਮੈਨੂੰ 2 ਘੰਟੇ ਲਵਾ ਦਿਆ ਕਰੋ ਸਕੂਲ ਵਿੱਚ, ਚਲੋ ਮੈਨੂੰ ਉਹਦੀ ਤਨਖਾਹ ਹੀ ਮਿਲੀ ਜਾਵੇ। ਅਤੇ ਵੀਰੇ ਨੇ ਮੈਨੂੰ ਕਹਿਤਾ, ਕਹਿੰਦੇ ਮੁੰਡਾ ਤੇਰੇ ਨਾਲ ਕੌਣ ਹੁੰਦਾ? ਇਹ ਮੇਰੀ ਸਹੇਲੀ ਅਮਨ ਹੈ, ਅਤੇ ਕਹਿੰਦੇ ਕੋਈ ਮੁੰਡਾ ਕੌਣ ਹੁੰਦਾ ਤੇਰੇ ਨਾਲ? ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੁੰਡਾ ਨਹੀਂ ਇਹ ਕੁੜੀ ਹੈ, ਇਹਦਾ ਨਾਮ ਅਮਨ ਹੈ, ਅਤੇ ਮੇਰੇ ਨਾਲ ਹੀ ਪੜ੍ਹੀ 8ਵੀਂ ਕਲਾਸ ਤੋਂ ਲੈ ਕੇ ਤਾਂ ਅੱਜ ਤੱਕ ਮੇਰੇ ਨਾਲ ਹੀ ਰਹਿੰਦੀ ਆਉਂਦੀ ਵੀ ਆ। ਕਹਿੰਦੇ ਵੀ ਇਹਦੇ ਨਾਲ ਮਤਲਬ ਤੁਸੀਂ ਦੋਨੋਂ ਜਣੀਆਂ ਰਲ ਕੇ ਵਿਆਸ ਅਤੇ ਫਾਈਨਾਂਸ ਦਾ ਕੰਮ ਕਰ ਲਓ, ਤੁਸੀਂ ਲੋਕਾਂ ਕੋਲੋਂ 2-2% 'ਤੇ ਪੈਸੇ ਲਵੋ, ਮੈਂ ਤੁਹਾਡੇ ਪੈਸੇ ਗਾਂ ਵਿਆਜ 'ਤੇ ਚੜਾਊਂਗਾ, ਤੁਹਾਨੂੰ ਚੰਗੀ ਵਿਆਜ ਦਊਂਗਾ, ਤੁਹਾਡੇ ਖਰਚੇ ਚਲਾਊਂਗਾ, ਤੁਹਾਡੀ ਪੜ੍ਹਾਈ ਪੂਰੀ ਕਰਵਾਊਂਗਾ ਮੈਂ। ਇਸੇ ਗੱਲ ਕਰਕੇ 15,000 ਰੁਪਈਆ ਮੈਂ ਇਕੱਠਾ ਕੀਤਾ ਆਪਣੀ ਗਲੀ ਗੁਆਂਢ 'ਚੋਂ, 15,000 ਰੁਪਈਆ ਅਮਨ ਨੇ ਇਕੱਠਾ ਕੀਤਾ, ਅਸੀਂ ਇਹਨਾਂ ਨੂੰ 30,000 ਰੁਪਈਆ ਦਿੱਤਾ ਸੀ। 30,000 ਤੋਂ ਬਾਅਦ ਇਹਨੇ ਸਾਨੂੰ ਸਹੀ ਤਰੀਕੇ ਨਾਲ ਪੈਸੇ ਵਾਪਸ ਕੀਤੇ। ਬਾਅਦ ਵਿੱਚ ਜਿਹੜੇ ਕਿ ਅਸੀਂ 1.5 ਸਾਲ ਤੋਂ ਸਾਡੇ ਨਾਲ ਇਹਨਾਂ ਕੰਮ ਚੱਲ ਰਿਹਾ ਸੀ, ਵਧੀਆ ਸਾਡੇ ਘਰ ਆਉਂਦਾ ਜਾਂਦਾ ਸੀ, ਬਹੁਤ ਪ੍ਰੇਮ ਪਿਆਰ ਸੀ, ਮੇਰੇ ਤੋਂ ਰਾਖੀ ਵੀ ਬਣਵਾਈ ਸੀ ਇਹਨੇ। ਉਸ ਤੋਂ ਬਾਅਦ ਕੀ ਹੋਇਆ ਕਿ 1,000 ਤੋਂ ਲੈ ਕੇ ਮੁੜ ਕੇ ਲੱਖਾਂ ਦੇ ਹਿਸਾਬ ਨਾਲ ਸਾਡੇ ਤੋਂ ਪੈਸੇ ਲੈਣ ਲੱਗ ਗਿਆ, ਇਹਨੇ ਸਾਡਾ ਵਿਹਾਰ ਬਣਾ ਲਿਆ, ਅਤੇ ਇਸ ਤਰ੍ਹਾਂ ਕਰਕੇ ਇਹਦੇ ਕੋਲ ਸਾਡੇ 21,69,000 ਰੁਪਈਆ ਫਸ ਗਿਆ, 2 ਫੋਨ ਇਹਨੇ ਰੱਖ ਲਏ। ਬਾਅਦ ਵਿੱਚ ਸਾਡੇ ਨਾਲ ਮਾਰਕੁੱਟ ਕੀਤੀ ਹੈ 26 ਨਵੰਬਰ ਨੂੰ ਰਾਤ ਨੂੰ, ਅਸੀਂ ਇਹਦੀ ਦਰਖਾਸਤ ਥਾਣੇ ਵਿੱਚ ਵੀ ਦਿੱਤੀ ਸੀ, ਸਾਡੀ ਕੋਈ ਸੁਣਵਾਈ ਨਹੀਂ ਹੋਏਗੀ। ਹੁਣ ਉਸ ਤੋਂ ਬਾਅਦ ਇਹਨੇ ਨਸ਼ੇੜੀ ਮੁੰਡਿਆਂ ਕੋਲੋਂ ਮੇਰੇ 'ਤੇ ਪਰਚਾ ਕਰਵਾਇਆ ਕਬੂਤਰਬਾਜ਼ੀ ਦਾ, ਕਹਿੰਦਾ ਇਹ ਤਾਂ ਬਾਹਰ ਲੋਕਾਂ ਨੂੰ ਏਜੰਟੀ ਲਈ ਭੇਜਦੀ ਹੈ, ਜਿਹਦੇ ਵਿੱਚ ਕਿ 8 ਮਹੀਨੇ ਹੋ ਗਏ ਮੈਂ ਆਪਦੇ ਘਰ ਨਹੀਂ ਰਹਿ ਪਾ ਰਹੀ, ਜਦੋਂ ਮੈਂ ਘਰ ਆਉਂਦੀ ਹਾਂ ਮੇਰੇ 'ਤੇ ਹਮਲੇ ਕਰਾਉਂਦਾ, ਸਾਡੇ ਘਰ ਚੋਰੀ ਕਰਵਾਈ, ਕੈਮਰੇ ਬਣਵਾ 'ਤੇ ਇਹਨੇ, ਮੇਰੇ ਭਰਾ ਨੂੰ 3 ਵਾਰੀ ਚੱਕ ਕੇ ਪੁਲ ਤੋਂ ਸਿੱਟਿਆ ਗਿਆ, ਮੇਰੇ ਭਰਾ ਨੂੰ ਅਸੀਂ ਬਾਹਰ ਕਰਤਾ ਇੱਥੋਂ। ਹੁਣ ਮੈਂ ਖੁਦ ਸੜਕਾਂ 'ਤੇ ਰਹਿ ਰਹੀ ਹਾਂ, ਗੁਰਦੁਆਰਿਆਂ 'ਚ ਰਹਿ ਰਹੀ ਹਾਂ, 2 ਦਿਨ ਤੋਂ ਮੈਂ ਘਰ ਆਈ ਹਾਂ ਆਪਣੇ, 2 ਦਿਨ ਤੋਂ ਇਹਨਾਂ ਦੇ ਬੰਦੇ ਗਲੀਆਂ 'ਚ ਗੇੜੇ ਮਾਰ ਰਹੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ, ਰਸਤਿਆਂ ਵਿੱਚ ਮੇਰੀ ਚੁੰਨੀਆਂ ਖਿੱਚੀਆਂ ਜਾਂਦੀਆਂ, ਮੇਰੀਆਂ ਵੀਡੀਓ ਬਣਾਈਆਂ ਜਾਂਦੀਆਂ, ਕਿਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਭਾਈ। ਇਸੇ ਲਈ ਮੈਂ ਰਾਸ਼ਟਰਪਤੀ ਜੀ ਨੂੰ ਐਪਲੀਕੇਸ਼ਨ ਦੇ ਰਹੀ ਹਾਂ ਕਿ ਮੈਨੂੰ ਮੇਰੇ ਪਰਿਵਾਰ ਦੇ ਨਾਲ ਮਤਲਬ ਮਰਨ ਦੀ ਇਜਾਜ਼ਤ ਦਿੱਤੀ ਜਾਵੇ। ਤੁਸੀਂ ਲੈਟਰ ਕਿਸ ਪੈਨ ਨਾਲ ਲਿਖੀ ਹੈ ਜੀ? ਇਹ ਅਸੀਂ ਆਪਣੇ ਖੂਨ ਨਾਲ ਲਿਖੀ ਹੈ ਜੀ, ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ। ਉਹ ਬੰਦਿਆਂ ਕੋਲ ਪਾਵਰ ਹੈ, ਉਹ ਕਹਿੰਦੇ ਅਸੀਂ ਬਾਦਲ ਦੇ ਬੰਦੇ, ਕਹਿੰਦੇ ਕਿਹਨਾਂ ਦੇ ਬੰਦੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਨਸ਼ਾ ਕਰ ਕਰਕੇ ਨਸ਼ਾ ਕਰਕੇ ਸਾਨੂੰ ਤੰਗ ਪਰੇਸ਼ਾਨ ਕਰਦੇ ਆ, ਸਾਰੇ ਬੰਦੇ ਨੇ ਛੇੜੀ ਆ ਜੀ, ਜਿਹਦੇ ਵਿੱਚ ਕਿ ਨਾਮ ਇਹਨਾਂ ਦਾ ਹੈਗਾ ਸੁਨੀਲ ਕੁਮਾਰ ਸੂਦ ਹੈ, ਵਿਕਾਸ ਕੁਮਾਰ ਗੁਲਾਟੀ ਆ, ਦੁਪਿੰਦਰ ਸਿੰਘ ਹੈ, ਸੰਨੀ ਕਲਵਾਰਾ, ਇਹਨਾਂ ਦੇ ਨਾਲ 4-5 ਬੰਦੇ ਹੋਰ ਆਉਂਦੇ ਨੇ ਜਿਹੜੇ ਸਾਨੂੰ ਧਮਕੀਆਂ ਦਿੰਦੇ ਨੇ ਕਿ ਤੁਹਾਨੂੰ 1 ਮਿੰਟ 'ਚ ਚੁਕਾ ਦਾਂਗੇ, ਤੂੰ ਤਾਂ ਮਹਾਜਨਾ ਦੀ ਕੁੜੀ ਆ, ਤੇਰੇ ਅੱਗੇ ਪਿੱਛੇ ਕੋਈ ਨਹੀਂ, ਪਿਓ ਤੇਰਾ ਪਾਗਲ ਆ, ਕੁਆਰੀਆ ਹੈਗਾ, ਤੇਰਾ ਕੋਈ ਕੁਛ ਨਹੀਂ ਕਰ ਸਕਦਾ। ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਇਹ ਤਾਂ ਸਰ ਜੀ ਇਹੀ ਮੰਗ ਕਰਦੀ ਹਾਂ, ਜੋ ਨਾਮ ਮੇਰੇ 'ਤੇ ਲੱਗੇ ਗਏ ਨੇ, ਇਹਨੇ ਮੇਰੀ ਛੋਟੀ ਜਿਹੀ ਉਮਰ 22 ਸਾਲ ਦੀ ਉਮਰ ਦੇ ਵਿੱਚ ਇਹਨੇ ਮੇਰੀ ਇੱਜ਼ਤ 'ਤੇ ਇੱਡਾ ਵੱਡਾ ਨਾਮ ਲਾਤਾ, 8 ਮਹੀਨੇ ਮੈਨੂੰ ਘਰ ਨਹੀਂ ਰਹਿਣ
ਤੇ ਇਸ ਰਿਗਾਰਡਿੰਗ ਉਹ ਬੰਦਕ ਸਾਨਾ ਸੁਨੀਲ ਸੂਦ ਕੰਮ ਕਰਦਾ ਸੀ ਉਹ ਸਾਡੇ ਉਹਦੀ ਸੁਜੈਸ਼ਨ ਸੀ ਵੀ ਤੁਸੀਂ ਇਹ ਕੰਮ ਕਰੋ ਵੀ ਮੈਂ ਤੁਹਾਨੂੰ ਦਊਂਗਾ ਸਹਾਰਾ ਉਹਦੇ ਕਹੇ 'ਤੇ ਕੰਮ ਕਰ ਲਿਆ ਵੀ ਸਾ ਉਮਰ ਵੀ ਛੋਟੀ ਸੀ ਨਹੀਂ ਇੰਨੀ ਸਮਝ ਰਹੀ ਅਤੇ ਕੰਮ ਵੀ ਕਰ ਲਿਆ ਸੀ ਤਾਂ ਉਹੀ ਬੰਦਾ ਸਾਡੇ ਪੈਸੇ ਲੈ ਕੇ ਵੀ ਮੁੱਕਰ ਗਿਆ ਹੁਣ ਜਦੋਂ ਪੈਸੇ ਮੰਗਦੇ ਹਾਂ ਤਾਂ ਮੈਂਟਲੀ ਹਰਾਸਮੈਂਟ ਕਰਦਾ ਉਹ ਸਾਨੂੰ ਅਤੇ ਜਦੋਂ ਵੀ ਉਹ ਤੋਂ ਪੈਸੇ ਮੰਗਦੇ ਹਾਂ ਅਤੇ ਆਪਦੇ 3-4 ਦੋਸਤ ਆ ਉਹਦੇ ਨਸ਼ੇੜੀ ਆ ਕੌਣ ਆ ਅਸੀਂ ਜਾਣਦੇ ਵੀ ਨਹੀਂ ਉਹਨਾਂ ਦੇ ਥਰਿਓ 'ਤੇ ਸਾਨੂੰ ਸਾਡੇ 'ਤੇ ਪਰਚੇ ਪਾਏ ਹੋਏ ਆ ਮੇਰੀ ਫਰੈਂਡ 'ਤੇ ਪਰਚਾ ਪਾਇਆ ਹੋਇਆ ਮੇਰੇ 'ਤੇ ਇੱਕ ਪਰਚਾ ਪਿਆ ਹੋਇਆ ਵਾ ਮੇਰੇ 'ਤੇ ਜ਼ਮਾਨਤ ਹੋ ਚੁੱਕੀ ਆ ਪਰ ਮੇਰੀ ਫਰੈਂਡ ਦੀ ਜ਼ਮਾਨਤ ਨਹੀਂ ਹੋਈ ਉਹਨਾਂ ਨੇ ਝੂਠਾ ਪਰਚਾ ਪਾਇਆ ਕਿ ਇਹ ਟਰੈਵਲ ਏਜੰਟ ਦਾ ਕੰਮ ਕਰਦੀ ਆ ਤੁਸੀਂ ਕਿਤੋਂ ਵੀ ਪਤਾ ਕਰਵਾ ਸਕਦੇ ਹੋ ਅਸੀਂ ਜਸਟ ਫਾਈਨੈਂਸ ਦਾ ਕੰਮ ਕਰਦੇ ਹਾਂ ਜਿਹਦਾ ਸਾਡੇ ਕੋਲ GST ਨੰਬਰ ਵੀ ਹੈਗਾ ਹਲੇ ਲਾਇਸੈਂਸ ਅਸੀਂ ਅਪਲਾਈ ਕਰਨਾ ਸੀ ਜਿਹਦੇ ਜਿਸ ਤੋਂ ਪਹਿਲਾਂ ਹੀ ਸਾਡਾ ਇਹ ਕਾਂਡ ਹੋ ਗਿਆ ਸਾਡੇ ਨਾਲ ਪਰ ਸਾਡੇ ਕੋਲ ਉਹਦਾ GST ਨੰਬਰ ਹੋ ਗਿਆ ਤੁਸੀਂ ਜਿੱਥੋਂ ਮਰਜ਼ੀ ਪਤਾ ਕਰਾ ਸਕਦੇ ਹੋ ਇਹਨਾਂ ਨੇ ਮੇਰੇ ਫਰੈਂਡ 'ਤੇ ਇਹ ਲਾਇਆ ਕਿ ਵੀ ਇਹਨਾਂ ਨੇ 3-4 ਮੁੰਡੇ ਬਾਹਰ ਭੇਜਿਆ ਜਰਮਨ ਜਾਣ ਲਈ ਸੁਨੀਲ ਸੂਦ ਦੀ ਦੁਕਾਨ 'ਤੇ 8 ਲੱਖ ਰੁਪਇਆ ਦਿੱਤਾ ਇਹਨਾਂ ਨੇ ਮੇਰੀ ਫਰੈਂਡ ਨੂੰ ਨਿਸ਼ਾ ਨੂੰ ਪਰ ਇਹ ਕੋਈ ਪੁੱਛਣ ਵਾਲਾ ਹੋਵੇ ਵੀ ਜੋ ਕੰਮ ਉਹ ਮੁੰਡੇ ਨੇ ਦੀਪੂ ਨੇ ਕੀਤਾ ਸਾਰਾ ਕੁਝ ਸੁਨੀਲ ਸੂਦ ਦੀ ਦੁਕਾਨ 'ਤੇ ਹੀ ਕਿਵੇਂ ਹੋ ਗਿਆ ਕੰਮ ਸੁਨੀਲ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਵੀ ਜੋ ਵੀ ਪਰਚਾ ਮੇਰੀ ਫਰੈਂਡ 'ਤੇ ਪਿਆ ਵਾ ਉਹ ਝੂਠਾ ਵਾ ਵੀ ਤੁਸੀਂ ਜਿੱਥੋਂ ਮਰਜ਼ੀ ਇਨਕੁਆਇਰੀ ਲਗਾ ਕੇ ਪਤਾ ਕਰਾ ਸਕਦੇ ਹੋ ਜੇ ਅਸੀਂ ਝੂਠੇ ਹਾਂ ਨਾ ਤਾਂ ਸਾਡੇ 'ਤੇ 2 ਪਰਚੇ ਹੋਰ ਪੈਣ ਪਰ ਜੇ ਉਹ ਤੁਸੀਂ ਇਹ ਇਨਕੁਆਇਰੀ ਲਓ ਕਿ ਵੀ ਅਸੀਂ ਸੱਚ ਬੋਲਦੇ ਕਿ ਝੂਠ ਅਸੀਂ ਜਸਟ ਫਾਈਨੈਂਸ ਦਾ ਕੰਮ ਕਰਦੇ ਹਾਂ ਅਸੀਂ ਕੋਈ ਟਰੈਵਲ ਏਜੰਟ ਦਾ ਕੰਮ ਨਹੀਂ ਕਰਦੇ ਵੀ ਜਦੋਂ ਜਿੱਥੋਂ ਅਸੀਂ ਰਾਸਤੇ 'ਚੋਂ ਲੰਘਦੇ ਹਾਂ ਇਹ ਤਾਂ ਇਹਦੇ ਦੋਸਤ ਤੰਗ ਕਰਦੇ ਪਰੇਸ਼ਾਨ ਕਰਦੇ ਆ ਤੁਰਦੇ ਜਾਂਦੇ ਅਤੇ ਵੀਡੀਓ ਬਣਾ ਲੈਂਦੇ ਆ ਨਿਸ਼ਾ ਦੇ ਬ੍ਰਦਰ ਨੂੰ 1-2 ਵਾਰੀ ਚੱਕ ਕੇ ਲੈ ਗਿਆ ਕਦੇ ਪੁਲ 'ਤੇ ਸੈੱਟ ਜਾਂਦੇ ਆ ਫੋਨ ਉਹਦਾ ਕਿੱਥੇ ਸੈੱਟ ਜਾਂਦੇ ਉਹਦਾ ਅਤੇ ਇਸ ਤਰ੍ਹਾਂ ਉਹਨੂੰ ਮੈਂਟਲੀ ਹਰਾਸਮੈਂਟ ਬਹੁਤ ਜ਼ਿਆਦਾ ਕਰ ਰਹੇ ਆ ਉਹ ਬਿਲਕੁਲ ਠੀਕ ਵੀ ਨਹੀਂ ਗੀ ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਜਾ ਚੁੱਕੀ ਇਸ ਗੱਲ ਕਰਕੇ ਅਸੀਂ ਸਭ ਤੋਂ ਮਦਦ ਮੰਗੀ ਆ ਪੁਲਿਸ ਤੋਂ ਵੀ ਅਸੀਂ ਇੱਥੋਂ ਤੱਕ ਕਿ ਹੈੱਡਕੁਆਟਰ ਤੱਕ ਵੀ DGI ਸਰ ਕੋਲ ਵੀ SSP ਸਰ ਮੋਗਾ ਸਭ ਕੋਲ ਅਸੀਂ ਦਰਖਾਸਤ ਦੇ ਚੁੱਕੇ ਹਾਂ ਕਿਤੇ ਕੋਈ ਸੁਣਵਾਈ ਨਹੀਂ ਗੀ ਸਾਡੀ ਅਸੀਂ ਉੱਥੇ ਰਾਸ਼ਟਰਪਤੀ ਨੂੰ ਵੀ ਹੁਣ ਇੱਕ ਲਾਸਟ ਲੈਟਰ ਲਿਖ ਕੇ ਪਾਇਆ ਕਿ ਸਾਡੀ ਬਈ ਸਾਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਗਈ ਇਸ ਸੰਬੰਧੀ DSP ਕੁਲਜਿੰਦਰ ਸਿੰਘ ਮੋਗਾ ਦਾ ਕਹਿਣਾ ਸੀ ਕਿ ਇਹਨਾਂ ਦੋਨਾਂ ਲੜਕੀਆਂ 'ਤੇ ਮੁਕੱਦਮੇ ਦਰਜ ਨੇ ਜਿਸ ਵਿੱਚ 1,5 ਲੱਖ ਰੁਪਏ ਜਦਕਿ ਦੂਜੇ ਮੁਕੱਦਮੇ ਵਿੱਚ 1,20,000 ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਨੇ ਅਤੇ ਇਹਨਾਂ ਲੜਕੀਆਂ ਦਾ ਕਹਿਣਾ ਕਿ ਇਹ ਫਾਈਨਾਂਸ ਦਾ ਕੰਮ ਕਰਦੀਆਂ ਸਨ ਵਿਆਜ ਦਾ ਲੈਣ ਦੇਣ ਹੈ ਅਤੇ ਮਾਨਯੋਗ DGP ਪੰਜਾਬ ਨੂੰ ਜੋ ਇਹਨਾਂ ਤਫਤੀਸ਼ ਦੀ ਮੰਗ ਕੀਤੀ ਸੀ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ ਇੱਕ ਮਾਮਲਾ ਆਇਆ ਸਾਹਮਣੇ ਵੀ ਲੜਕੀਆਂ ਵੱਲੋਂ ਕੋਈ ਠੱਗੀ ਮਾਰੀ ਗਈ ਹੈ ਜਾਂ ਕੀ ਹੈ ਸਰ ਕੀ ਹੈ ਪੂਰਾ ਮਾਮਲਾ ਇਹਨਾਂ ਲੜਕੀਆਂ ਦੇ ਖਿਲਾਫ਼ ਇੱਕ ਨਿਸ਼ਾ ਅਤੇ ਕਮਨਜੋਤ ਕੌਰ ਆ ਜਿਨ੍ਹਾਂ ਦੇ ਖਿਲਾਫ਼ 2 ਮੁਕੱਦਮੇ ਦਰਜ ਹੋਏ ਨੇ ਅਲੱਗ ਅਲੱਗ ਵੀ ਇਹਨਾਂ ਨੇ ਇੱਕ ਨੇ ਏਜੰਟੀ ਦੇ ਤੌਰ 'ਤੇ ਪੈਸੇ ਲੈ ਕੇ ਠੱਗੀ ਮਾਰੀ ਹੈ ਅਤੇ ਦੂਜੀ ਲੜਕੀ ਦਾ ਵੀ ਉਹਨਾਂ ਨੇ ਮੋਟਰਸਾਈਕਲ ਦਾ ਜਿਹੜਾ ਲੋਨ ਰਹਿੰਦਾ ਸੀ ਮੋਟਰਸਾਈਕਲ ਵੇਚਤਾ ਬਿਨਾਂ ਲੋਨ ਦੇ ਹੁੰਦਿਆਂ ਹੋਇਆ ਉਹਦੇ ਸੰਬੰਧ ਵਿੱਚ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਲੜਕੀਆਂ ਵੱਲੋਂ ਇੱਕ ਕੰਪਲੇਂਟ ਆਈ ਹੈ ਵੀ ਅਸੀਂ ਨਾ ਤਾਂ ਕੋਈ ਏਜੰਟੀ ਦਾ ਕੰਮ ਕਰਦੀਆਂ ਔਰ ਅਸੀਂ ਤਾਂ ਫਾਈਨਾਂਸ ਦਾ ਕੰਮ ਕਰਦੀਆਂ ਸੀ ਅਤੇ ਫਾਈਨਾਂਸ 'ਤੇ ਅਸੀਂ ਲੋਕਾਂ ਨੂੰ ਪੈਸੇ ਦਿੱਤੇ ਆ ਅਤੇ ਉਹਨਾਂ ਦੀ ਵਿਆਜ ਦੇ ਹਿਸਾਬ ਨਾਲ ਅਸੀਂ ਸਾਡਾ ਲੈਣ ਦੇਣ ਚੱਲਦਾ ਸੀ ਅਸੀਂ ਕੋਈ ਏਜੰਟ ਦਾ ਇਹੋ ਜਿਹਾ ਕੰਮ ਨਹੀਂ ਕਰਦੇ ਜਿਹਦੇ ਨਾਲ ਜਿਹਦੇ ਕਰਕੇ ਅਸੀਂ ਉਹ ਮੈਟਰ ਦੀ ਇਨਕੁਆਇਰੀ ਕਰ ਰਹੇ ਹਾਂ ਅਜੇ ਜੋ ਅਸਲੀਅਤ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਕੋਈ DGP ਸਾਹਿਬ ਵੱਲੋਂ ਕੋਈ ਇਨਕੁਆਇਰੀ ਮਾਰਕ ਉਹਨਾਂ ਨੇ DGP ਸਾਹਿਬ ਨੂੰ ਮਿਲੇ ਸੀ ਇਸ ਸੰਬੰਧ 'ਚ ਹਾਂਜੀ ਉਹਨਾਂ ਨੇ DGP ਸਾਹਿਬ ਤੋਂ ਮਿਲ ਕੇ ਇਨਕੁਆਇਰੀ ਮਾਰਕ ਕਰਵਾਈ ਹੈ ਇਹਨਾਂ ਮੁਕੱਦਮਿਆਂ ਦੇ ਸੰਬੰਧ ਦੇ ਵਿੱਚ ਅਸੀਂ ਉਹ ਮੁਕੱਦਮੇ ਜਿਹੜੇ ਦਰਜ ਹੋਏ ਉਹਨਾਂ ਦੀ ਇਨਕੁਆਇਰੀ ਕਰ ਰਹੇ ਹਾਂ ਕਿੰਨੇ ਮੁਕੱਦਮੇ ਦਰਜ ਆ ਦੋਨਾਂ ਕੁੜੀਆਂ 'ਤੇ ਜੀ ਇਹ 2 ਮੁਕੱਦਮੇ ਦਰਜ ਹੋਏ ਨੇ ਸਿਟੀ 2 ਦੇ ਵਿੱਚ ਅਲੱਗ ਅਲੱਗ ਬਿਊਰੋ ਰਿਪੋਰਟ ਆਵਾਜ਼ੇ ਕੌਮ TV